ਸਭ ਦੇਖਿਆ ਕਿ ਪੂਰੀ ਦੁਨੀਆ ਬਦਲ ਗਈ ਆ ਅੰਜਮ ਸਰੋਇਆ ਨਹੀਂ ਬਦਲਿਆ ਇਹ ਸੋਸ਼ਲ ਮੀਡੀਆ ਦੀ ਹੁੰਦੀ ਆ ਜੀ ਇਹਦਾ ਨਾ ਕੋ ਆਂਦੀ ਦਾ ਪਤਾ ਲੱਗੇ ਨਾ ਜਾਂਦੀ ਦਾ ਤੇ ਬਹੁਤਾ ਚੌੜ ਕਰਾਂਗੇ ਕੱਲ ਨੂੰ ਮੁਦੜੇ ਮੂੰਹ ਪਏ ਹੋਵਾਂਗੇ ਮਾਸ਼ਾਅੱਲਾ ਜਿਸ ਤਰ੍ਹਾਂ ਤੁਸੀਂ ਗੱਲਾਂ ਕਰਦੇ ਹੋ ਤਾਂ ਲੱਗਦਾ ਕਿ ਕਾਫੀ ਮਾਸ਼ਾਅੱਲਾ ਥੋੜੀ ਤਾਲੀਮ ਆ ਔਰ ਕਾਫੀ ਜ਼ਿਆਦਾ ਤੁਸੀਂ ਨਮ ਰੱਖਦੇ ਹੋ ਕਿ ਲੋਕਾਂ ਨੂੰ ਇੰਨੀਆਂ ਅੱਛੀਆਂ ਗੱਲਾਂ ਦੱਸਿਓ ਕਿ ਲੋਕ ਜਿਹੜਾ ਬਣਾ ਜਿਨ੍ਹਾਂ ਨੇ ਕਦੀ ਸੁਣੀਆਂ ਵੀ ਨਹੀਂ ਹੁੰਦੀ ਚੰਗੀ ਗੱਲ ਚੰਗੇ ਦਿਮਾਗ ਨਾਲ ਹੁੰਦੀ ਆ ਚੰਗੀ ਗੱਲ ਚੰਗੀ ਸਹਬਤ ਨਾਲ ਹੁੰਦੀ ਆ ਚੰਗਿਆਂ 'ਚ ਬਹਿਣ ਨਾਲ ਚੰਗੀ ਗੱਲ ਹੁੰਦੀ ਆ ਤੇਰੇ ਆਵਾਦ ਨੇ ਤੁਹਾਡੇ ਤੇ ਲੋਕ ਆਣ ਜਾਣ ਲੱਗਿਆ ਕਿਥੋਂ ਕਿਥੋਂ ਲੋਕ ਆਉਂਦੇ ਤੁਹਾਨੂੰ ਮਿਲਣ ਵਾਸਤੇ ਵੀ 50 ਬੰਦੇ ਵੀ ਇੱਕ ਟਾਈਮ ਚ ਆਣਦੇ ਉਹਨਾਂ ਨੂੰ ਬਿਸਤਰਾ ਰੋਟੀ ਹਰ ਸ਼ਅ ਲੱਭਦੀ ਸਾਡੀ ਰਹਿਤਲ ਬੈਤਲ ਹੈ ਇਹ ਸਾਡੀ ਪਛਾਣ ਜਿਹੜੇ ਸਾਡੇ ਨੌਜਵਾਨਾ ਉਹ ਇਸ ਟਾਈਮ ਦਰਬਦਰ ਦੀਆਂ ਠੋਕਰਾਂ ਖਾ ਰਹੇ ਆ ਕੀ ਪੇਗਾਮ ਦੇਣਾ ਚਾਹੋਗੇ ਨੌਕਰੀਆਂ ਨਹੀਂ ਲੱਭ ਰੀਆਂ ਬਾਹਰ ਵੀਜ਼ਿਆਂ ਜਿਹੜੇ ਜਾਂਦੇ ਆ ਉਹਨਾਂ ਨੂੰ ਉੱਥੇ ਕੰਮ ਨਹੀਂ ਲੱਭ ਰਿਹਾ ਸਾਡੇ ਨੌਜਵਾਨਾਂ ਨਾਲ ਬੜੀ ਜ਼ੁਲਮ ਹੋਇਆ ਅਸਲਾਮੁਅਲੈਕ ਨਾਜ਼ਿਨ ਆਬਦ ਇੰਡਸਟਰੀ ਟਵੀ ਮੇਰਾ ਨਾਮ ਆਬਦ ਇਕਬਾਲ ਹੈ ਅੱਜ ਆਪਕੋ ਮਿਲਾਵਾਏਗੇ ਜੀ ਪਾਕਿਸਤਾਨ ਕੇ जी ठीक जी। जी ठाक जी बड़ी मेहरबानी जनाब सब पहले तो था था थोड़ा बहुत शुक्रिया चुके थोड़े को माशाला टाइम जरा कम हों लोगों की माशा तदाद जो काफी ज्यादा बस उन्होंने प्यार ਵੀ ਉਹ ਆਪਣਾ ਘਰ ਸਮਝ ਕੇ ਆ ਜਾਂਦੇ ਆ ਜੀ ਇਹ ਤਾਂ ਉਹਨਾਂ ਦੀ ਮਿਹਰਬਾਨੀ ਹਾਂਜੀ ਹਾਂਜੀ ਸਾਬ ਸਭ ਤੋਂ ਪਹਿਲੇ ਆਪਣੀ ਲਾਈਫ ਦੇ ਬਾਰੇ ਜਰਾ ਥੋੜਾ ਦੱਸੋ ਕਿ ਸਟਾਰਟ ਜਿਹੜਾ ਤੁਸੀਂ ਗਾ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਲਿਆ ਮੈਂ ਕੋ ਜਿੱਦਾਂ ਬੰਦਾ ਕੋ ਪੁੱਜ ਕੇ ਆਂਦਾ ਕੋ ਦਿਮਾਗ ਬਣਾ ਕੇ ਆਂਦਾ ਉਹਦਾ ਨਹੀਂ ਬਸ ਰੱਬੀ ਸਬੱਬੀ ਆਇਆ ਜੀ ਸਹੀ ਸਿਆਣੇ ਕਹਿੰਦੇ ਨੇ ਨਾ ਵੀ ਅੰਨੇ ਦੇ ਪੈਰ ਥੱਲੇ ਬਟੇਰਾ ਆਇਆ ਉਹ ਸ਼ਿਕਾਰੀ ਬਣ ਗਿਆ ਸਹੀ ਤੇ ਵਾ ਗੋਇ ਚ ਤੀਰ ਲੱਗਿਆ ਮੈਂ ਵੀਡੀਓ ਬਣਾਈ ਉਹ ਚੱਲ ਗਈ ਤੇ ਅੱਜ ਆਪਾਂ ਇੱਥੇ ਬੈਠੇ ਆ ਅੰਦਰ ਨੇ ਗੁੜੀ ਚੜਾਤੀ ਹਾਂਜੀ ਬਸ ਰੱਬ ਦੀ ਇਜਾਜ਼ਤ ਜੇ ਨੂੰ ਚਾਵੇ ਦੇਵੇ ਹਾਂਜੀ ਅੱਛਾ ਅੰਜੂਮ ਸਾਹਿਬ ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਤਾਲੀਮ ਜਿਹੜੀ ਆ ਉਹ ਤੁਸੀਂ ਕਿੱਥੋਂ ਤੱਕ ਹਾਸਲ ਕੀਤੀ ਮੈਂ ਜੀ 10 ਪੜ੍ਹਿਆ ਹਾਂ ਸਹੀ ਤੇ ਮਾਸ਼ਾਅੱਲਾ ਜਿਸ ਤਰ੍ਹਾਂ ਤੁਸੀਂ ਗੱਲਾਂ ਕਰਦੇ ਹੋ ਤਾਂ ਲੱਗਦਾ ਕਿ ਕਾਫੀ ਮਾਸ਼ਾਅੱਲਾ ਥੋੜੀ ਤਾਲੀਮ ਆ ਔਰ ਕਾਫੀ ਜ਼ਿਆਦਾ ਤੁਸੀਂ ilm ਰੱਖਦੇ ਹੋ ਕਿ ਲੋਕਾਂ ਨੂੰ ਇੰਨੀਆਂ ਅੱਛੀਆਂ ਗੱਲਾਂ ਦੱਸਿਓ ਕਿ ਲੋਕ ਜਿਹੜਾ ਬਣਾ ਜਿਨ੍ਹਾਂ ਨੇ ਕਦੀ ਸੁਣੀਆਂ ਵੀ ਨਹੀਂ ਹੁੰਦੀ ਇਹ ਨਾ ਜੀ ਚੰਗੀਆਂ ਗੱਲਾਂ ਵਾਸਤੇ ਨਾ ਡਿਗਰੀ ਜ਼ਰੂਰੀ ਨਹੀਂ ਹੈ ਚੰਗੀ ਗੱਲ ਚੰਗੇ ਦਿਮਾਗ ਨਾਲ ਹੁੰਦੀ ਆ ਚੰਗੀ ਗੱਲ ਚੰਗੀ ਸਹਬਤ ਨਾਲ ਹੁੰਦੀ ਆ ਚੰਗਿਆਂ ਚ ਬਹਿਣ ਨਾਲ ਚੰਗੀ ਗੱਲ ਹੁੰਦੀ ਚੰਗਿਆਂ ਚ ਬੈਠਣਾ ਸ਼ੁਰੂ ਕਰ ਦੋ ਗੱਲਾਂ ਆਪੇ ਚੰਗੀਆਂ ਹੋ ਜਾਣਗੀਆਂ ਸਿਆਣੇ ਕਹਿੰਦੇ ਵੀ ਸਹਬਤ ਐਡਾ ਅਸਰ ਰੱਖਦੀ ਆ ਵੀ ਕਿਸੇ ਖਸ਼ਬੋ ਵਾਲੇ ਬਾਜ਼ਾਰ ਚੋਂ ਨੰਗੀ ਆ ਨਾ ਖਸ਼ਬੋ ਨਾਂ ਵੀ ਲਈਏ ਤਾਂ ਵੀ ਬੰਦੇ ਤੋਂ ਖਸ਼ਬੋ ਆਣ ਲੱਗਿਆ ਅੰਜਮ ਸਭ ਦੇਖਿਆ ਕਿ ਪੂਰੀ ਦੁਨੀਆ ਬਦਲ ਗਈ ਆ ਅੰਜਮ ਸਰੋਇਆ ਨਹੀਂ ਬਦਲਿਆ ਅਗਰ ਉਹਨੂੰ ਪਾਪੂਲਰਿਟੀ ਮਿਲੀ ਆ ਮਸ਼ਹੂਰ ਹੋਇਆ ਵਾ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਆ ਅੱਜ ਵੀ ਉਸੇ ਤਰ੍ਹਾਂ ਦਾ ਵਾ ਇਹ ਕੀ ਵਜਾ ਵਾ ਤੁਸੀਂ ਆਪਣੇ ਨੂੰ ਚੇਂਜ ਕਿਉਂ ਨਹੀਂ ਕੀਤਾ ਇਹ ਜੀ ਚਾਰ ਦਿਨ ਦੀ ਖੇਡ ਆ ਤੇ ਇਹ ਇਹਦੇ ਚ ਹੁਣ ਜੇ ਬੰਦਾ ਬਣ ਕੇ ਬਹਿ ਜਵੇ ਨਾ ਤੇ ਇਹ ਸੋਸ਼ਲ ਮੀਡੀਆ ਦੀ ਹੁੰਦੀ ਆ ਜੀ ਇਹਦਾ ਨਾ ਕੋ ਆਂਦੀ ਦਾ ਪਤਾ ਲੱਗੇ ਨਾ ਜਾਂਦੀ ਦਾ ਤੇ ਬਹੁਤਾ ਚੌੜ ਕਰਾਂਗੇ ਕੱਲ ਨੂੰ ਮੁਦੜੇ ਨੂੰ ਪਹੁੰਚ ਹੋਵਾਂਗੇ ਹਾਂ ਜੀ ਸਭ ਦੇਖਿਆ ਕਿ ਮਾਸ਼ਾਅੱਲਾ ਡੇਰੇ ਆਬਾਦ ਨੇ ਤੁਹਾਡੇ ਤੇ ਲੋਕ ਆਣ ਜਾਣ ਲੱਗਿਆ ਆ ਕਿੱਥੋਂ ਕਿੱਥੋਂ ਲੋਕ ਆਉਂਦੇ ਤੁਹਾਨੂੰ ਮਿਲਣ ਵਾਸਤੇ ਡੇਰੇ ਜੀ ਜਿੱਥੇ ਜਿੱਥੇ ਵੀ ਕਿਸੇ ਦਾ ਡੇਰਾ ਰੱਬ ਦੀ ਜ਼ਾਤ ਆਬਾਦ ਰੱਖੇ ਤੇ ਸਾਡਾ ਵਸੇਬ ਆਹੇ ਬਿਲਕੁਲ ਹਾਂਜੀ ਜਿਹੜਾ ਸਾਡਾ ਆਪਾਂ ਰਾਵੀ ਤੇ ਬੈਠੇ ਆ ਇਸ ਟਾਈਮ ਸਾਡੇ ਰਾਵੀ ਦੇ ਉੱਤੇ ਜਿਹੜੇ ਡੇਰੇ ਆ ਨਾ ਜੀ ਐਸੇ ਐਸੇ ਡੇਰੇ ਆ ਵੀ 50 ਬੰਦੇ ਵੀ ਇੱਕ ਟਾਈਮ ਜਾਣ ਤੇ ਉਹਨਾਂ ਨੂੰ ਬਿਸਤਰਾ ਰੋਟੀ ਹਰ ਸ਼ਅ ਲੱਭਦੀ ਇਹ ਸਾਡਾ ਇਹ ਸਾਡੇ ਇਸ ਵਸੇਬ ਸਾਡੀ ਰਹਿਤਲ ਬੈਤਲ ਆ ਇਹ ਇਹ ਸਾਡੀ ਪਛਾਣ ਆ ਤੇ ਸਾਡੇ ਕੋ ਹੁਣ ਇੱਥੇ ਬੰਦੇ ਕਿੱਥੋਂ ਕਿੱਥੋਂ ਜੀ ਮੈਨੂੰ ਇਹ ਵੀ ਨਹੀਂ ਚਾਤੇ ਕਿੱਥੋਂ ਕਿਥਾਂ ਦੇ ਬਾਹਰਲੇ ਮੁਲਕਾਂ ਦੇ ਵਿੱਚੋਂ ਇੱਥੇ ਆਂਦੇ ਹਾਂ ਉਹਨਾਂ ਦਾ ਪਿਆਰ ਅਨਜਮ ਸਾਹਿਬ ਦੇਖਿਆ ਵਾ ਕਿ ਜਿੰਨੇ ਕਿ ਜਾਂਦੇ ਆ ਉਹਨੇ ਹੀ ਆ ਜਾਂਦੇ ਆ ਕਦੀ ਦਿਲ ਨਹੀਂ ਆਇਆ ਕਿ ਯਾਰ ਕੀ ਲੱਗਿਆ ਇਹਨਾਂ ਨੇ ਆਣ ਜਾਣ ਕੀਤੀ ਇਹਨਾਂ ਨੇ ਨਹੀਂ ਜੀ ਉਹ ਫਿਰ ਪਰੋਣੇ ਰੱਬ ਦੀ ਰਹਿਮਤ ਹੁੰਦੀ ਹੈ ਜੇ ਰੱਬ ਦੀ ਰਹਿਮਤ ਤੋਂ ਮੂੰਹ ਮੋੜਾਂਗੇ ਤਾਂ ਫਿਰ ਝੋਲੀ ਖਾਲੀ ਸਹੀ ਬਾਤ ਹਾਂਜੀ ਅਨਜਮ ਸਾਹਿਬ ਇਹ ਦੱਸੋ ਵੀ ਸੋਸ਼ਲ ਮੀਡੀਆ ਤੇ ਮਾਸ਼ਾਅੱਲਾ ਉਸੇ ਕਾਫੀ ਜ਼ਿਆਦਾ ਵਾਇਰਲ ਹੋ ਕੋਈ ਕਮਾਈ ਕੁਮਾਈ ਵੀ ਆਣ ਲੱਗੀ ਕਿ ਹਲੇ ਗੱਲ ਉੱਥੇ ਹੀ ਰੁਕੀ ਹੋਈ ਨਹੀਂ ਜੀ ਹੁਣ ਆਂਦੀ ਹੈ YouTube ਤੋਂ ਆਂਦੀ ਕਮਾਈ ਹਾਂਜੀ ਤੇ ਮਾਸ਼ਾਅੱਲਾ ਇਹ ਦੱਸੋ ਵੀ ਚੈਨਲ ਦੌੜ ਰਿਹਾ ਆ ਜਾਂ ਕੋਈ ਹਲੇ ਰਿੰਕੇ ਰਿੰਕੇ ਚੱਲ ਰਿਹਾ ਆ ਅਸ ਚੈਨਲ ਮਠਾ ਮਠਾ ਹੀ ਹੈ ਆਪਣਾ ਜਿਹੜਾ ਕੋਈ ਸਾਡੇ ਇੱਥੇ ਹੈ ਨਾ ਵੀ ਉਹ ਗੱਲ ਅੱਗੇ ਵੀ ਆਪਾਂ ਕਰ ਰਹੇ ਸੀ ਵੀ ਜਿਹੜਾ ਸਾਡੇ ਇੱਥੇ ਬਹੁਤੀ ਗੱਲ ਕਰਦਾ ਨਾ ਚੱਕਵੀਂ ਗੱਲ ਕਰਦਾ ਨਾ ਚਾਟਾਪਾ ਕੋ ਬੇਹਈਾਈ ਕੋਈ ਹੈ ਉਹ ਦਿਨਾਂ ਚ ਅੱਗੇ ਜਾਂਦਾ ਸਹੀ ਬਾਤ ਜੇ ਤੁਸੀਂ ਗੱਲ ਕਰਨੀ ਹੈ ਪੱਕੀ ਗੱਲ ਆਪਣੇ ਵੱਲੋਂ ਸੁਥਰੀ ਕਰਨੀ ਹੈ ਤੇ ਫਿਰ ਸਬਰ ਨਾਲ ਹੀ ਤੁਰਨਾ ਪੈਣਾ ਹਾਂ ਤੇ ਅੰਜਮ ਸਾਹਿਬ ਇਹ ਦੱਸੋ ਵੀ ਮਾਸ਼ਾਅੱਲਾ ਜਿੰਨੀਆਂ ਸਿਆਣੀਆਂ ਗੱਲਾਂ ਕਰਦੇ ਹੋ ਜ਼ਾਹਰੀ ਬਾਤ ਆ ਕਿ ਲੋਕ ਆਂਦੇ ਹੋਣੇ ਤੁਹਾਡੇ ਕੋਲੇ ਪੰਚਾਇਤ ਪੰਚੂਤ ਕਰਾਉਣੇ ਆ ਆਪਣਾ ਫੈਸਲਾ ਜਿਹੜਾ ਵਾ ਉਹ ਕਰਵਾਉਣ ਵਾਸਤੇ ਨਹੀਂ ਜੀ ਉਹ ਉਹ ਕੰਮ ਮੇਰਾ ਨਹੀਂ ਹੈ ਜੀ ਹਾਂਜੀ ਜਿਹੜਾ ਕੰਮ ਮੇਰਾ ਹੈ ਜੀ ਉਹ ਮੈਂ ਕਰਦਾ ਇਹ ਸਾਡੇ ਇੱਥੇ ਡੇਰਿਆਂ ਦੇ ਵਿੱਚ ਸਾਡੇ ਧਾਰਿਆਂ ਦੇ ਵਿੱਚ ਸਾਡੇ ਰਾਠ ਬੰਦੇ ਚੌਧਰੀ ਬੰਦੇ ਦਿਮਾਗ ਵਾਲੇ ਬੰਦੇ ਗੱਲ ਨੂੰ ਸੁਣਨਾ ਗੱਲ ਨੂੰ ਸੁਣ ਕੇ ਉਹਦੇ ਵਿੱਚੋਂ ਤੱਤ ਕੱਢਣਾ ਹੈ ਕੂੜੇ ਨੂੰ ਕੂੜਾ ਕਰਨਾ ਸੱਚੇ ਨੂੰ ਸੱਚਾ ਕਰਨਾ ਤੇ ਉਹ ਬੜਾ ਇੱਕ ਦਾਨਸ਼ਵਰ ਬੰਦੇ ਦਾ ਕੰਮ ਹੁੰਦਾ ਝੇੜਾ ਪੰਚਾਇਤ ਕਰਕੇ ਉਹਨੂੰ ਝੇੜਾ ਮਕਾਣਾ ਤੇ ਐਦਾਂ ਦੇ ਬੰਦੇ ਸਾਡੇ ਥੋੜੇ ਰਹਿ ਗਏ ਤੇ ਪਰ ਉਹ ਆਪਣਾ ਕੰਮ ਕਰ ਰਹੇ ਆ ਉਹ ਜਦੋਂ ਇੱਕ ਸਾਡੇ রাਵੀ ਦਾ ਵਸੀਬ ਇਹ ਹੁੰਦਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਪੁਲਿਸ ਨਹੀਂ ਆਂਦੀ ਸੀ ਸਹੀ ਪੁਲਿਸ ਕਹਿੰਦੇ ਸੀ ਵੀ ਉਹਨੂੰ ਪੁੱਛ ਕੇ ਆਂਦੀ ਹੁੰਦੀ ਸੀ ਜਿਹੜਾ ਲਈ ਹੁੰਦਾ ਸੀ ਜਿਹੜਾ ਛੇੜੇ ਪੰਦਾ ਸੀਗਾ ਵੀ ਜੇ ਤੇਰੇ ਕੋਲ ਨਾ ਮੁੱਕੀ ਤੇ ਫਿਰ ਸਾਨੂੰ ਦੱਸੀ ਸਹੀ ਜਦੋਂ ਉਹਦੇ ਕੋਲ ਨਹੀਂ ਮੁੱਕਦੀ ਹੁੰਦੀ ਸੀ ਫਿਰ ਪੁਲਿਸ ਆਂਦੀ ਸੀ ਇਹ ਸਾਡਾ ਇੱਕ ਬੜਾ ਵੱਡਾ ਹੈ ਕਿ ਨਾ ਇਹ ਕਹਿ ਲਓ ਵੀ ਸਾਡਾ ਵਸੀਬ ਆ ਹੈ ਅੰਜਮ ਸਾਹਿਬ ਲਾਸਟ ਇਹ ਦੱਸੋ ਕਿ ਅੰਜਮ ਸਰੋਇਆ ਨੂੰ ਦੁਨੀਆ ਮੰਨਦੀ ਹੈ ਅੰਜਮ ਸਰੋਇਆ ਦੇ ਘਰ ਵੀ ਕੋ ਮੰਦਾ ਕਿ ਕੋਈ ਨਹੀਂ ਆ ਕਾਰਟ ਵੀ ਤੁਹਾਨੂੰ ਪਤਾ ਹੀ ਹੈ ਪੂਰੀ ਚੋਰੀ ਹੀ ਹੁੰਦੀ ਹਾਂਜੀ ਤੇ ਬਾਕੀ ਇਹ ਵੀ ਜਦੋਂ ਪੁਰਾਣੇ ਪੁਰਾਣੇ ਆਂਦੇ ਆਂ ਲੋਕ ਆ ਕੇ ਨਾਲ ਤਸਵੀਰਾਂ ਸੂਰਾਂ ਖਿਚਾਉਂਦੇ ਹਣ ਜਿੱਦਾਂ ਆਪਾਂ ਹੁਣ ਆ ਸਪੀਕਰ 'ਚੇ ਕਰ ਰਹੇ ਆਂ ਬੈਠੇ ਹੈਂ ਇੰਟਰਵਿਊ ਇਦਾਂ ਦੇਖ ਦੂ ਕਿ ਫਿਰ ਉਹ ਤਾਂ ਪੈਂਦਾ ਹੀ ਉਹਨੂੰ ਸਹੀ ਬਾਤ ਆਹ ਫਿਰ ਕਹਿੰਦੇ ਵੀ ਵਾਕਈ ਬੰਦਾ ਹੈ ਨਹੀਂ ਬੰਦਾ ਠੀਕ ਆ ਇਹ ਗੱਲ ਠੀਕ ਆ ਤੇ ਇਸ ਟਾਈਮ ਜਿਹੜੇ ਸਾਡੇ ਮুলਕੀ ਹਾਲਾਤ ਆ ਉਹ ਕਾਫੀ ਜ਼ਿਆਦਾ ਡਾਊਨ ਆ ਜਿਹੜੇ ਸਾਡੇ ਨੌਜਵਾਨਾ ਉਹ ਇਸ ਟਾਈਮ ਦਰ ਬਦਰ ਦੀਆਂ ਠੋਕਰਾਂ ਖਾ ਰਹੇ ਆ ਕੀ ਪੇਗਾਮ ਦੇਣਾ ਚਾਹੋਗੇ ਪੇਗਾਮ ਵਿਚਾਰਾਂ ਨੂੰ ਕੀ ਦੇਣਾ ਉਹ ਤਾਂ ਅੱਗੇ ਦੁਖੀ ਹੈ ਸਹੀ ਬਾਤ ਤੇ ਉਹ ਨੌਕਰੀਆਂ ਨਹੀਂ ਲੱਭ ਰੀਆਂ ਬਾਹਰ ਵੀਜ਼ਿਆਂ ਦੇ ਜਿਹੜੇ ਜਾਂਦੇ ਆ ਉਹਨਾਂ ਨੂੰ ਉੱਥੇ ਕੰਮ ਨਹੀਂ ਲੱਭ ਰਿਆ ਬੜਾ ਸਾਡੇ ਨੌਜਵਾਨਾਂ ਨਾਲ ਬੜੀ ਜ਼ੁਲਮ ਹੋਇਆ ਸਾਡੇ ਜਿਹੜੇ ਸਿਆਸਤਦਾਨ ਆ ਉਹ ਰਿਚ ਕੁੱਤਾ ਲੜਾਈ ਜਾਰੇ ਉਹ ਆਪਣਾ ਹੀ ਪਿਆ ਉਹਨਾਂ ਨੂੰ ਉਹਨਾਂ ਨੂੰ ਹੈ ਹੀ ਨਹੀਂ ਥੱਲੇ ਵੀ ਸਾਡੇ ਨੌਜਵਾਨ ਰੁੱਲ ਗਏ ਜਾਂ ਕਿਦਾਂ ਸਾਡਾ ਜ਼ਿੰਮੇਦਾਰਾ ਰੁੱਲ ਗਿਆ ਸਾਡੇ ਮਜ਼ਦੂਰ ਵਿਚਾਰੇ ਉਹ ਉਹ ਬਿੱਲ ਜਮ੍ਹਾਂ ਕਰਾਣੀਆਂ ਉਹ ਘਰ ਦਾ ਆਟਾ ਲੈਣ ਇਥੇ ਬੜਾ ਲਾਵਾਰਸ ਵਾਲਾ ਕੰਮ ਹੋਇਆ ਹੈ ਪਰ ਫਿਰ ਵੀ ਇਦਾਂ ਦੀਆਂ ਗੱਲਾਂ ਕਰਕੇ ਬਹੁਤਾ ਮਜੂਸ ਨਹੀਂ ਅਸੀਂ ਕਰਦੇ ਇਹ ਗੱਲ ਜ਼ਰੂਰ ਕਰਾਂਗੇ ਵੀ ਰੱਬ ਦੇ ਘਰ ਚ ਆਸ ਆ ਇਨਸ਼ਾ ਅੱਲਾਹ ਸਾਡੇ ਹਾਲਾਤ ਠੀਕ ਹੋਣਗੇ ਹਾਂਜੀ ਹਕੂਮਤ ਵਾਸਤੇ ਕੋਈ ਛੋਟਾ ਜਿਹਾ ਇੱਕ ਪੈਗਾਮ ਦਿਓ ਸਾਡੇ ਕਿਸਾਨ ਐਸ ਟਾਈਮ ਬੜੇ ਪਰੇਸ਼ਾਨ ਆ ਔਰ ਕਿਸਾਨਾਂ ਨੂੰ ਐਸ ਟਾਈਮ ਕਿਸੇ ਪਾਸੇ ਕੋਈ ਰਾਹਤਾ ਨਜ਼ਰ ਨਹੀਂ ਆ ਰਿਹਾ ਪੈਗਾਮ ਤਾਂ ਉਹਨਾਂ ਨੂੰ ਤਾਂ ਦਈਏ ਨਾ ਜੇ ਉਹਨਾਂ ਦੇ ਵਿੱਚ ਕੋਈ ਦਿਲ ਹੋਵੇ ਕੋਈ ਦਿਮਾਗ ਹੋਵੇ ਕੋਈ ਸਾਡਾ ਅਹਿਸਾਸ ਹੋਵੇ ਹੈ ਕੋ ਸਾਡੇ ਨਾਲ ਉਹਨਾਂ ਨੂੰ ਕੋ ਹੋਵੇ ਸਾਡੇ ਨਾਲ ਉਹਨਾਂ ਨੂੰ ਮਤਲਬ ਹੀ ਕੋਈ ਨਹੀਂ ਸਾਡੇ ਪੈਗਾਮ ਉਹਨਾਂ ਦੇ ਸਾਡੇ ਪੈਗਾਮਾਂ ਨੂੰ ਕੀ ਜਾਣਦੇ ਕੁਛ ਵੀ ਨਹੀਂ ਸਾਡੇ ਨਾਲ ਸਿਰਫ ਦੇਖ ਹੀ ਲੈਣ ਉਹ ਇਹੀ ਬੜਾ ਤੇ ਇਹੀ ਬੜਾ ਸਾਡੇ ਤੋਂ ਉਂਝ ਹੀ ਬੜੀ ਦੂਰ ਹੋ ਗਈ ਇਹ ਸਰਕਾਰ ਉਹਨਾਂ ਨੂੰ ਪਤਾ ਨਹੀਂ ਵੀ ਸਾਡੀ ਆਵਾਮ ਚ ਹੁਣ ਸਾਡੇ ਵਜ਼ੀਰ-ਏ-ਆਲਾ ਸਾਹਿਬਾਂ ਉਹ ਇਦਾਂ ਹੀ ਲੱਗਦਾ ਜਿਵੇਂ ਸਿਰਫ ਲਾਹੌਰ ਦੀ ਵਜ਼ੀਰ-ਏ-ਆਲਾ ਬਾਕੀ ਕੋ ਹੈ ਹੀ ਨਹੀਂ ਉਹਦੇ ਪੰਜਾਬ ਜਾਂਦਾ ਹੀ ਕੋਈ ਨਹੀਂ ਤੇ ਵਜ਼ੀਰ-ਏ-ਆਜ਼ਮ ਸਾਹਿਬਾਂ ਸਾ ਉਹਨਾਂ ਦਾ ਆਪਣਾ ਹੀ ਨਹੀਂ ਜੱਬ ਮੁਕਰਿਆ ਸਾਡੇ ਨਾਲ ਤਾਂ ਤਾਂ ਦੇਖਣਗੇ ਬਹੁਤ शुक्रिया ਨਾਜ਼ਿਰ ਅੰਜਮ ਸੋਇਆ ਸਾਹਿਬ ਸਾਡੇ ਨਾਲ ਮੌਜੂਦ ਸਿਗੇ ਜੀ ਪਾਕਿਸਤਾਨ ਦੀ ਇਸ ਟਾਈਮ ਮਸ਼ਹੂਰ ਸ਼ਖਸੀਅਤ ਆ ਔਰ ਅੱਲਾਹ ਤਾਲਾ ਨੇ ਇਹਨਾਂ ਨੂੰ ਜਿੰਨੀ ਇੱਜ਼ਤ ਦਿੱਤੀ ਹੈ ਇਹਨਾਂ ਨੇ ਲੋਕਾਂ ਨੂੰ ਓਨਾ ਹੀ ਪਿਆਰ ਦਿੱਤਾ ਮਿਲਾਂਗੇ ਇੱਕ ਨਵੀਂ ਸੋਰੀ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਲਾਹਫਿਜ਼